ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਮੈਂ ਹਾਂ ਮਮਤਾ। ਤੁਹਾਡੇ ਨਾਲ ਵੱਡੀ ਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਬਿਹਾਰ ਤੋਂ, ਜਿੱਥੇ ਕਿ ਇੱਕ ਮੰਦਿਰ ਦੇ ਵਿੱਚ ਮੱਥਾ ਟੇਕਣ ਦੌਰਾਨ ਭਗਦੜ ਮਚ ਗਈ। ਇਸ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਹੈ। ਚਸ਼ਮਦੀਦਾਂ ਮੁਤਾਬਕ ਹੋਰ ਮੌਤਾਂ ਦੀ ਖਬਰ ਵੀ ਸਾਹਮਣੇ ਆ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੜਾਈ ਹੋਈ ਹੈ। ਇਹ ਵੀ ਇੱਕ ਪਾਸੇ ਦੱਸਿਆ ਜਾ ਰਿਹਾ ਹੈ ਕਿ ਮੰਦਰ 'ਚ ਮੱਥਾ ਟੇਕਣ ਦੌਰਾਨ ਅਜਿਹਾ ਹਾਦਸਾ ਵਾਪਰਿਆ ਹੈ। 7 ਕਾਂਵੜੀ ਜਿਹੜੇ ਨੇ ਉਹਨਾਂ ਦੀ ਜਾਨ ਜਾ ਚੁੱਕੀ ਹੈ। ਪੂਰਾ ਮਾਜਰਾ ਕੀ ਹੈ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਤਾਂ ਸਾਵਣ ਦੇ ਚੌਥੇ ਸੋਮਵਾਰ ਨੂੰ ਬਿਹਾਰ ਦੇ ਜਹਾਨਬਾਦ 'ਚ ਸ਼੍ਰੇਣੀ ਮੇਲੇ ਦੌਰਾਨ ਵੱਡਾ ਹਾਦਸਾ ਵਾਪਰਿਆ। ਸਿੱਧੇਸ਼ਵਰ ਨਾਥ ਮੰਦਰ ਦੇ ਵਿੱਚ ਮੱਚੀ ਭਗਦੜ 'ਚ 7 ਕਾਂਵੜੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 12 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ ਨੇ। ਘਟਨਾ ਐਤਵਾਰ ਦੇਰ ਰਾਤ ਕਰੀਬ 1 ਵਜੇ ਵਾਪਰੀ। ਸਾਵਣ ਦਾ ਚੌਥਾ ਸੋਮਵਾਰ ਹੋਣ ਕਰਕੇ ਭੀੜ ਬਹੁਤ ਸੀ। ਬਾਰ-ਬਾਰ ਪਹਾੜੀ 'ਤੇ ਚੜ੍ਹਦੇ ਸਮੇਂ ਪੌੜੀਆਂ 'ਤੇ ਭਗਦੜ ਮੱਚ ਗਈ। ਇਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਸ਼ਰਧਾਲੂ ਭੱਜਣ ਲੱਗੇ ਅਤੇ ਦੱਬ ਗਏ। ਇਸ ਵਿੱਚ 7 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜਹਾਨਾਬਾਦ ਦੀ DM ਅਲੰਕਿਤਾ ਪਾਂਡੇ ਨੇ ਕਿਹਾ ਕਿ ਭਗਦੜ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 9 ਜ਼ਖਮੀ ਹੋ ਗਏ ਨੇ। ਅਸੀਂ ਹਰ ਚੀਜ਼ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਸਥਿਤੀ ਹੁਣ ਕਾਬੂ ਹੇਠ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ। ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ। ਦਰਅਸਲ ਸਾਵਣ ਦੇ ਮਹੀਨੇ 'ਚ ਬਾਬਾ ਸਿੱਧੇਸ਼ਵਰ ਨਾਥ ਮੰਦਰ 'ਚ ਜਲ ਚੜਾਉਣ ਦੀ ਭਾਰੀ ਭੀੜ ਹੁੰਦੀ ਹੈ। ਸੋਮਵਾਰ ਨੂੰ ਭੀੜ ਵੱਧ ਜਾਂਦੀ ਹੈ। ਇਸ ਦੇ ਮੱਦੇਨਜ਼ਰ ਐਤਵਾਰ ਰਾਤ ਤੋਂ ਹੀ ਲੋਕਾਂ ਦੀ ਭੀੜ ਜਲ ਚੜਾਉਣ ਲਈ ਪੁੱਜਣੀ ਸ਼ੁਰੂ ਹੋ ਗਈ। ਇਸ ਮਾਮਲੇ ਦੇ ਸੰਬੰਧੀ SDO ਵਿਕਾਸ ਕੁਮਾਰ ਨੇ ਸਾਂਝਾ ਕੀਤਾ ਕਿ ਉਹ ਇਸ ਬਾਬਤ ਕੁਛ ਸਮੇਂ ਬਾਅਦ ਅਧਿਕਾਰੀ ਤੌਰ 'ਤੇ ਗੱਲ ਕਰਨਗੇ ਕਿ ਸੁਰੱਖਿਆ ਦੀ ਕਮੀ ਸੀ। ਇਸ 'ਤੇ ਉਹਨਾਂ ਕਿਹਾ ਕਿ ਐਤਵਾਰ ਰਾਤ ਨੂੰ ਜ਼ਿਆਦਾ ਭੀੜ ਹੁੰਦੀ ਹੈ, 3 ਸੋਮਵਾਰ ਤੋਂ ਜ਼ਿਆਦਾ ਇਹ ਚੌਥੇ ਸੋਮਵਾਰ ਭੀੜ ਹੁੰਦੀ ਹੈ। ਇਸ ਦੇ ਮੱਦੇਨਜ਼ਰ ਅਸੀਂ ਚੌਕਸ ਹੋ ਗਏ। ਇਹ ਉਸੇ ਤਰ੍ਹਾਂ ਕੀਤਾ ਗਿਆ ਜਿਸ ਤਰ੍ਹਾਂ ਸਿਵਲ ਮੈਜਿਸਟਰੇਟ ਅਤੇ ਮੈਡੀਕਲ ਟੀਮਾਂ ਤੈਨਾਤ ਨੇ। ਇੱਕ ਦੁਖਦਾਈ ਘਟਨਾ ਹੈ, ਅਸੀਂ ਪਹਿਲਾਂ ਅਗਲੀ ਪ੍ਰਕਿਰਿਆ ਕਰ ਰਹੇ ਹਾਂ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ 'ਚ ਕਰੀਬ 50 ਲੋਕਾਂ ਦੀ ਮੌਤ ਹੋ ਗਈ ਹੈ। ਇਹ ਗੱਲ ਕਹਿ ਰਹੇ ਨੇ ਕਿ ਦਰਸ਼ਨ ਕਰਨ ਆਏ ਸ਼ਰਧਾਲੂ ਲੋਕ ਮਨਮਾਨੀਆਂ ਕਰ ਰਹੇ ਨੇ, ਜਿਸ ਕਾਰਨ ਭਗਦੜ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਪ੍ਰਸ਼ਾਸਨ ਦੀ ਗੱਡੀ ਹੁੰਦੀ ਤਾਂ ਜਾਨਾਂ ਬਚਾਈਆਂ ਜਾ ਸਕਦੀਆਂ ਸੀ। ਲਾਪਰਵਾਹੀ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਇਹ ਘਟਨਾ ਰਾਤ 11:30 ਤੋਂ 12 ਵਜੇ ਦੇ ਦਰਮਿਆਨ ਵਾਪਰੀ। ਰਾਤ 2 ਵਜੇ ਤੋਂ ਹੀ ਲੋਕ ਹਸਪਤਾਲ ਦੇ ਵਿੱਚ ਮੌਜੂਦ ਨੇ। ਮਖਦੂਮਪੁਰ ਵਿੱਚ ਕਿਹਾ ਗਿਆ ਹੈ ਕਿ ਤੁਰੰਤ ਪੋਸਟਮਾਰਟਮ ਕਰਵਾਇਆ ਜਾਵੇਗਾ। ਇੱਕ ਬੱਚੇ ਦੀ ਮੌਤ ਹੋ ਗਈ ਹੈ। ਇੱਕ ਐਂਬੂਲੈਂਸ ਦੇ ਵਿੱਚ 4 ਲਾਸ਼ਾਂ ਭੇਜੀਆਂ ਜਾ ਰਹੀਆਂ ਨੇ। ਕੁਝ ਲਾਸ਼ਾਂ ਸੁੱਟੀਆਂ ਵੀ ਜਾ ਰਹੀਆਂ ਨੇ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲੋਕ ਉਤਰ ਰਹੇ ਸਨ ਅਤੇ ਦੂਜੇ ਪਾਸੇ ਤੋਂ ਲੋਕ ਚੜ੍ਹ ਰਹੇ ਸਨ। ਹਫੜਾ ਦਫੜੀ ਮੱਚ ਗਈ। ਪ੍ਰਸ਼ਾਸਨ ਨੇ ਹੋਰ ਲਾਠੀਚਾਰਜ ਕੀਤਾ ਜਿਸ ਕਾਰਨ ਇਹ ਘਟਨਾ ਵਾਪਰੀ ਹੈ। 35 ਲੋਕ ਯਕੀਨੀ ਤੌਰ 'ਤੇ ਜਾਨ ਗੁਆ ਚੁੱਕੇ ਨੇ। ਖੈਰ, ਇਸ ਨੂੰ ਲੈ ਕੇ ਵੱਖੋ ਵੱਖ ਤਰੀਕੇ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਵੱਖੋ ਵੱਖ ਅਪਡੇਟਸ ਸਾਹਮਣੇ ਆ ਰਹੀਆਂ ਨੇ, ਪਰ ਮਾਮਲਾ ਗੰਭੀਰਤਾ ਦੇ ਨਾਲ ਲੈਣ ਦੀ ਜ਼ਰੂਰਤ ਹੈ ਅਤੇ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ, ਇਸ ਪ੍ਰਤੀ ਵੀ ਧਿਆਨ ਦੇਣ ਦੀ ਲੋੜ ਹੈ।